ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡਾ ਕੁਐਸਚਨ ਹੈਗਾ, ਫਿਲ ਇਨ ਦੀ ਬਲੈਂਕਸ ਇਫ ਟੂ ਐਂਗਲਸ ਆਰ ਸਪਲੀਮੈਂਟਰੀ ਦੈਨ ਦੀ ਸਮ ਆਫ ਦੇਅਰ ਮੇਜ਼ਰ ਇਜ਼। ਠੀਕ ਹੈ ਜੀ, ਆਈ ਦੱਸਣਾ ਸਾਡੇ ਕੋਲ ਦੋ ਐਂਗਲ ਸਪਲੀਮੈਂਟਰੀ, ਦੇਖੋ ਆਈ ਦੇਖ ਰਹੇ ਸਾਡੇ ਕੋਲ ਕੀ ਹੈ, ਦੋ ਸਪਲੀਮੈਂਟਰੀ। ਠੀਕ ਹੈ ਜੀ, ਸਪਲੀਮੈਂਟਰੀ ਦਾ ਮਤਲਬ ਕੀ ਹੁੰਦਾ, ਸਾਡੇ ਕੋਲ ਐਂਗਲ ਏ ਕੋਮਾ ਬੀ ਦੋ ਹੈਗੇ ਆ ਤੇ ਏ ਪਲੱਸ ਬੀ ਦਾ ਸਮ ਕਿੰਨਾ ਹੁੰਦਾ, ਹਮੇਸ਼ਾ ਕਿੰਨਾ ਹੁੰਦਾ 180 ਡਿਗਰੀ। ਇਹ ਸਾਨੂੰ ਪੁੱਛਿਆ ਹੋਇਆ ਕਿ ਇਫ ਟੂ ਐਂਗਲ ਆਰ ਸਪਲੀਮੈਂਟਰੀ, ਠੀਕ ਹੈ ਜੀ, ਮਤਲਬ ਦੋ ਐਂਗਲ ਸਪਲੀਮੈਂਟਰੀ ਹੈ, ਦੈਨ ਦੇਅਰ ਸਮ ਆਫ ਦੇਅਰ ਮੇਜ਼ਰ, ਮਤਲਬ ਉਹਨਾਂ ਦਾ ਸਮ ਕਰਾਂਗੇ ਤਾਂ ਕੀ ਹੁੰਦਾ, ਇਹ ਹੁੰਦਾ ਨਾ 180 ਡਿਗਰੀ ਆਉਂਦਾ। ਤੇ ਸਾਡੇ ਕੋਲ ਇੱਥੇ ਬਲੈਂਕ 'ਚ ਕੀ ਆਏਗਾ, ਇਫ ਟੂ ਐਂਗਲ ਆਰ ਸਪਲੀਮੈਂਟਰੀ ਦੈਨ ਦੇਅਰ ਦੈਨ ਸਮ ਆਫ ਦੇਅਰ ਮੇਜ਼ਰ ਇਜ਼ 180 ਡਿਗਰੀ। ਠੀਕ ਹੈ ਜੀ, ਧੰਨਵਾਦ।